ਮਿਰਸੀਟਰ ਹੈ ਜੀ, ਇਹ ਗਿੱਦੜ ਪਿੰਡੀ ਵਿਆਹ ਸੀਗੀ। ਇਹ ਪਾਣੀ ਆਉਣ ਕਾਰਨ ਜੇ ਪਾਣੀ ਜ਼ਿਆਦਾ ਚੜ੍ਹਾ ਦੇਖਿਆ, ਇਹਨਾਂ ਬੀ ਪੀ ਲੋਅ ਹੋ ਗਿਆ, ਝਾਲ ਨਹੀਂ ਝੱਲ ਹੋਈ, ਇਸ ਕਰਕੇ ਇਹਨਾਂ ਦੀ ਡੈਥ ਹੋ ਗਈ। ਪੰਜਾਬ 'ਚ ਹੜ੍ਹਾਂ ਦੀ ਤਬਾਹੀ ਦੇ ਨਾਲ ਆਮ ਲੋਕਾਂ ਦੀ ਜ਼ਿੰਦਗੀ 'ਤੇ ਜੋ ਅਸਰ ਪਿਆ ਉਸਦਾ ਇਹ ਹਾਲ ਦੇਖ ਲਓ, ਜਿੱਥੇ ਤੁਹਾਡੇ ਸਾਹਮਣੇ ਤਸਵੀਰਾਂ 'ਚ ਸ਼ਮਸ਼ਾਨ 'ਚ ਨਹੀਂ ਬਲਕਿ ਪਿੰਡੋਂ ਬਾਹਰ ਦਰਿਆ ਦੇ ਕੰਢੇ ਸੜਕ 'ਤੇ ਉਸ ਔਰਤ ਪਤਨੀ ਭੈਣ ਦੀ ਚਿਤਾ ਚੱਲ ਰਹੀ ਹੈ, ਜਿਸਨੇ ਆਸ ਪਾਸ ਭਰਿਆ ਪਾਣੀ ਦੇਖਿਆ ਅਤੇ ਗੱਲ ਦਿਲ ਨੂੰ ਲਗਾ ਲਈ। ਟੈਨਸ਼ਨ ਦੇ ਨਾਲ ਬੀ ਪੀ ਲੋਅ ਹੋ ਗਿਆ, ਦਿਲ ਦਾ ਦੌਰਾ ਪੈ ਗਿਆ ਅਤੇ ਮੌਤ ਹੋ ਗਈ। ਮੁੜ ਕੇ ਹਸ਼ਰ ਇਹ ਹੋਇਆ ਕਿ ਜ਼ੀਰਾ ਦੇ ਨਾਲ ਲੱਗਦੇ ਪਿੰਡ ਗਿੱਦੜਵਿੰਡੀ 'ਚ ਰਹਿੰਦੀ ਇਸ ਔਰਤ ਨੂੰ ਸੰਸਕਾਰ ਲਈ ਪਿੰਡ ਦਾ ਸ਼ਮਸ਼ਾਨ ਵੀ ਨਹੀਂ ਨਸੀਬ ਹੋਇਆ, ਜਿਸ ਪਿੰਡ ਨਾਲ ਉਸਦੀਆਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੀਆਂ ਯਾਦਾਂ ਜੁੜੀਆਂ ਹੋਈਆਂ ਸਨ। ਆਹ ਤੁਸੀਂ ਦੇਖ ਲਓ, ਪਿੰਡ 'ਚ ਸਭ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ ਅਤੇ ਮਜਬੂਰ ਇੱਥੇ ਉਸ ਔਰਤ ਦੇ ਭਰਾ ਅਤੇ ਪਰਿਵਾਰਕ ਮੈਂਬਰਾਂ ਨੂੰ ਸੜਕ 'ਤੇ ਹੀ ਦਰਿਆ ਦੇ ਕੰਢੇ ਉਸਦਾ ਸੰਸਕਾਰ ਕਰਨਾ ਪਿਆ। ਹੁਣ ਆਪਣੀ ਭੈਣ ਦਾ ਸੰਸਕਾਰ ਇਹਨਾਂ ਨੇ ਕਰਤਾ ਦਿੱਤਾ, ਪਰ ਮਨਾਂ 'ਚ ਸੋਚਦੇ ਨੇ ਅਤੇ ਪਰਿਵਾਰ ਵਾਲੇ ਰੋਂਦੇ ਨੇ ਕਿ ਅੱਜ ਇਹ ਮੰਦਭਾਗਾ ਸਮਾਂ ਕਿਹੋ ਜਿਹਾ ਆ ਗਿਆ। ਇਹ ਗਿੱਦੜ ਪਿੰਡੀ ਵਿਆਹ ਸੀਗੀ, ਇਹ ਪਾਣੀ ਆਉਣ ਕਾਰਨ ਜੇ ਪਾਣੀ ਜ਼ਿਆਦਾ ਚੜ੍ਹਾ ਦੇਖਿਆ, ਇਹਨਾਂ ਬੀ ਪੀ ਲੋਅ ਹੋ ਗਿਆ, ਝਾਲ ਨਹੀਂ ਝੱਲ ਹੋਈ, ਇਸ ਕਰਕੇ ਇਹਨਾਂ ਦੀ ਡੈਥ ਹੋ ਗਈ। ਫਿਰ ਸਾਨੂੰ ਪਿੰਡ 'ਚ ਸਰਕਾਰ ਕਰਨ ਵਾਲਾ ਥਾਂ ਨਹੀਂ ਲੱਭਾ, ਸਿਵਿਆਂ 'ਤੇ ਪਾਣੀ ਬਹੁਤ ਜ਼ਿਆਦਾ ਆ ਗਿਆ, ਇਸ ਕਰਕੇ ਸਾਨੂੰ ਰੋਡ ਉੱਤੇ ਜੋ ਫਿਰੋਜ਼ਪੁਰ ਨੂੰ ਰੋਡ ਜਾ ਰਿਹਾ ਹੈ ਉਹਦੇ ਉੱਤੇ ਸਾਨੂੰ ਸਤਲੁਜ ਦੇ ਕੰਢੇ ਇਹਦਾ ਸਰਕਾਰ ਕਰਨਾ ਪਿਆ ਸਾਨੂੰ। ਹਾਂਜੀ, ਬਹੁਤ ਮੰਦਭਾਗ ਗੱਲ ਹੋਏ, ਕਿੱਥੇ ਜੰਮੀ ਕਿੱਥੇ ਪੜ੍ਹੀ ਅਤੇ ਪਿੰਡ ਦਾ ਜਿਹੜਾ ਥਾਂ ਉਹਦੇ ਸਿਵਿਆਂ ਮਾਚੋ ਵੀ ਨਹੀਂ ਭਾਗਾਂ ਵਿੱਚ ਹੋਇਆ, ਇਸ ਕਾਰਨ ਸਾਨੂੰ ਸਰਕਾਰ ਸਤਲੁਜ ਦਰਿਆ ਦੇ ਕੰਢੇ ਕਰਨਾ ਪਿਆ। ਕਿ ਉਹਨਾਂ ਦੀ ਲੜਕੀ ਨੂੰ ਪਿੰਡ ਦੇ ਸ਼ਮਸ਼ਾਨ ਘਾਟ 'ਚ ਵੀ ਜਗ੍ਹਾ ਨਾ ਮਿਲੀ, ਸੰਸਕਾਰ ਵੀ ਸੜਕ 'ਤੇ ਕਰਨਾ ਪਿਆ। ਜ਼ੀਰਾ ਤੋਂ ਧਰਮਪਾਲ ਸਚਦੇਵਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ? ਆਇਲਸ ਇੱਕ ਮਡਿਊਲ 'ਚ 5.5 ਬੈਂਡ ਹੋਣ ਕਰਕੇ ਸਪਨਾ ਤੁਹਾਡਾ ਪੂਰਾ ਨਹੀਂ ਹੋ ਪਾ ਰਿਹਾ, ਆਪਣੇ ਸ਼ਹਿਰ 'ਚ ਹੋ ਰਹੇ ਸੈਮੀਨਾਰ ਦਾ ਹਿੱਸਾ ਬਣੋ। ਹੁਣੇ ਕਾਲ ਕਰੋ 90419 90419।